ਕੀ ਮਸਲਾ ਜੀ ਜਿੱਥੇ ਤੁਸੀਂ ਮਸਲਾ ਜਿਹੜਾ ਜੀ ਜਿਹੜੀ ਜ਼ਮੀਨ ਆ ਜਾਇਦਾਦ ਆ ਖਾਲਸਾ ਪੰਥ ਦੀ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ 'ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਲੜਕਾ ਸੀਗਾ ਪੁਰਾਤਨ ਸਮੇਂ ਦੇ ਵਿੱਚ ਅਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਅਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਅਤੇ ਇਹ ਜਿਹੜੀ ਸੰਸਥਾ ਬਣੀ ਆ ਇਹਨਾਂ ਨੇ ਕੀਤਾ ਹੈ ਅਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਉਹਨੂੰ ਮਹਿੰਗੇ ਭਾਅ ਜਿਹੜੀ ਆ ਉਹ ਵੇਚ ਕੇ ਅਤੇ ਵਰਤ ਲਿਆ ਵਾ ਅਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਹੈ ਇੱਕ ਖੋਲੀ ਇਹ ਬਹੁਤ ਸਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਕੇ ਆ ਗਈਆਂ ਅਤੇ ਅਸੀਂ ਤਾਂ ਅੱਜ ਇੱਥੇ ਪਹੁੰਚੇ ਹਾਂ ਜਦੋਂ ਸਾਰੀ ਇਹਦੀ ਛਾਣਬੀਣ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ ਦਸਵੇਂ ਪਾਤਸ਼ਾਹ ਦਾ ਨਾਮ ਆ ਅਤੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਇਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨੀ ਇਹ ਜਿਹੜੀ ਜਾਇਦਾਦ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਹਸਪਤਾਲਾਂ ਵਾਸਤੇ ਕੰਮ ਆ ਲੇਕਿਨ ਪੁਰਾਤਨ ਜਗ੍ਹਾ ਜਿਹੜੀ ਆ ਉਹ ਕੋਈ ਬੰਦਾ ਵੇਚ ਨਹੀਂ ਸਕਦਾ ਇਸ ਮਤਲਬ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੀ ਪ੍ਰੋਪਰਟੀ ਆ ਉਹ ਵੀ ਲੋਕ ਵੇਚ ਕੇ ਕੋਈ ਹੋਰ ਜਗ੍ਹਾ ਵੀ ਖਰੀਦ ਸਕਦੇ ਲੇਕਿਨ ਉਹ ਕਹਿ ਰਹੇ ਕਿ ਅਸੀਂ ਜਗ੍ਹਾ ਖਰੀਦ ਰਹੇ ਹਾਂ ਨਾਲ ਕਿ ਤਾਂ ਜੋ ਕਿ ਹੋਰ ਸੰਸਥਾ ਬਿਲਕੁਲ ਜੀ ਉਹ ਵੀਰ ਇਹ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ SDM ਦੀ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਦੇ ਉਹਨਾਂ ਕਿਹਾ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਦੇ ਹਾਂ ਉਹ ਗੋਲ ਮੋਲ ਕਰ ਦਿੰਦੇ ਆ ਇਹ ਅਫਸਰਾਂ ਨੂੰ ਇਸ ਤਰ੍ਹਾਂ ਕੋਈ ਵੀ ਅਫਸਰ ਨਹੀਂ ਕਰਦਾ ਕਿ ਉਹ ਕਾਗਜ਼ ਗੋਲ ਮੋਲ ਕਰ ਦੇਣ ਇਹਨਾਂ ਕੋਲ ਕਾਗਜ਼ ਪੱਤਰ ਹੈ ਹੀ ਕੋਈ ਨਹੀਂ ਆ ਅਤੇ ਅੱਜ ਜੇ ਇਹ ਸੰਸਥਾ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਖਾਲਸਾ ਪੰਥ ਦੀ ਜਾਇਦਾਦ ਆ ਬਹੁਤ ਵੱਡੇ ਪੱਧਰ 'ਤੇ ਅਤੇ ਜੇ ਉਹ ਵੇਚਣੀ ਚਾਹੁਣ ਤਾਂ ਇੱਕ ਕਿੱਲਾ ਵੀ ਇੱਧਰ ਉੱਧਰ ਕਰ ਸਕਦੇ ਆ ਕਨਾਲ ਮਰਲਾ ਵੀ ਕਰ ਸਕਦੇ ਆ ਇਹ ਨਹੀਂ ਕੋਈ ਵੀ ਸੰਸਥਾ ਜਿਹੜੀ ਆ ਉਹ ਵੇਚ ਨਹੀਂ ਸਕਦੀ ਉਹ ਉਹਨੂੰ ਵਧਾ ਸਕਦੀ ਆ ਉਹ 'ਤੇ ਕਾਰੋਬਾਰ ਕਰ ਸਕਦੀ ਆ ਉਹਨੂੰ ਸੰਸਥਾ ਵਾਸਤੇ ਧਰਮ ਵਾਸਤੇ ਨਾਮਦਮੀ ਟਕਸਾਲ ਅਤੇ ਸਤਿਕਾਰ ਕਮੇਟੀਆਂ ਦੇ ਜੋ ਸੁੱਖਾ ਸੰਤ ਸਿੰਘ ਸੁੱਖਾ ਸਿੰਘ ਦੀ ਜਮੀਨ 30 ਕਿੱਲੇ ਅੱਗੇ ਦੱਸੀ ਜਾਂਦੀ ਅਤੇ ਕਾਗਜ਼ ਵੀ ਸਾਨੂੰ ਉਹਨਾਂ ਨੇ ਦੇ ਦਿੱਤੇ ਆ ਇਹਦੇ ਵਿੱਚੋਂ ਤਕਰੀਬਨ ਸਾਰੀ ਜ਼ਮੀਨ ਤਾਂ ਨਹੀਂ ਆਪਾਂ ਕਹਿ ਸਕਦੇ ਕੁਛ ਜ਼ਮੀਨ ਦੇ ਵਿੱਚ ਸਕੂਲ ਆ ਜਾਂ ਹੋਰ ਸੰਸਥਾ ਵਾ ਬਾਕੀ ਇਹਨਾਂ ਸਾਰੀ ਜ਼ਮੀਨ ਅਰਬਾਂ ਖਰਬਾਂ ਰੁਪਈਆਂ ਦੀ ਸੇਲ ਕਰਕੇ ਅਤੇ ਇੱਕ 15 ਕਰੋੜ ਦੀ ਜਗ੍ਹਾ ਇਹਨਾਂ ਲਈ ਆ ਅਰਬਾਂ ਖਰਬਾਂ ਦੀ ਵੇਚ ਕੇ ਇੱਕ ਇਹਨਾਂ ਨੇ 60 ਲੱਖ ਦੀ 60 ਕਰੋੜ ਦੀ ਕਿੰਨੇ ਕਰੋੜ 60 ਕਰੋੜ ਦੀ ਕੋਠੀ ਇਹਨਾਂ ਨੇ ਲਈ ਉੱਥੇ ਲਾਰੰਸ ਰੋਡ ਜਿੱਥੇ ਮਾਹ ਰੋਡ 'ਤੇ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਤਸ਼ਾਹ ਦੇ ਨਾਂ 'ਤੇ ਜ਼ਮੀਨ ਹੋਵੇ ਖਾਲਸਾ ਪੰਥ ਦੀ ਵਿਰਾਸਤੀ ਜ਼ਮੀਨ ਉੱਤੇ ਲਿਖਿਆ ਵਾ ਰਜਿਸਟਰੀ ਦੇ ਉੱਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਆ ਵੀ ਉਹ ਜ਼ਮੀਨ ਵੇਚ ਕੇ ਅਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਉਹ 30 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਹੋਰ ਇਹਨਾਂ ਨੂੰ ਸੰਸਥਾ ਬਣਾਉਣੀਆਂ ਚਾਹੀਦੀਆਂ ਸੀ ਬਲਕਿ ਉਹ 30 ਕਿੱਲੇ ਜ਼ਮੀਨ ਖਰਾਬ ਨਹੀਂ ਸੀ ਕਰਨੀ ਚਾਹੀਦੀ ਅੱਜ ਉਹ 30 ਕਿੱਲੇ ਇੱਥੇ ਜ਼ਮੀਨ ਹੁੰਦੀ ਉਹਦੇ ਵਿੱਚ ਕਾਲਜ ਜਿਸ ਤਰ੍ਹਾਂ ਇਹਨਾਂ ਬਣਾਏ ਆ ਹੋਰ ਸਹੂਲਤਾਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਖੋਲ੍ਹੇ ਜਾਂਦੇ ਹਸਪਤਾਲ ਹੀ ਖੁੱਲ੍ਹ ਸਕਦਾ ਸੀ ਪਰ ਇਹਨਾਂ 30 ਕਿੱਲੇ ਜ਼ਮੀਨ ਜਿਹੜੀ ਕੌਡੀਆਂ ਦੇ ਭਾਅ ਆਪਣੇ ਰਿਸ਼ਤੇਦਾਰ ਐਰਾ ਵਗੈਰਾ ਨੂੰ ਦੇ ਕੇ ਅਤੇ ਉਹ ਖਰਾਬ ਕਰ ਦਿੱਤੀ ਆ ਆਪਾਂ ਦੇ DC ਸਾਹਿਬ ਨੂੰ ਇਹੋ ਕਰਾਂਗੇ ਮੰਗ ਵੀ ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਪੰਥ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਰਿਆਂ ਨੂੰ ਅਤੇ ਜਿਹੜਾ ਇਹ ਵੀਰ ਸਾਡਾ ਕੋਹਲੀ ਸਾਹਿਬ ਇਹ ਲੜ ਰਹੇ ਆ ਇਹਦਾ ਵੀ ਧੰਨਵਾਦ ਜਿਹਨਾਂ ਨੇ ਸਾਰੀ ਕੌਮ ਵਾਸਤੇ ਵੀ ਜਾਣੀ ਕਿ ਲੜਾਈ ਲੜੀ ਆ ਇਹ ਨਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਮ ਦੇ ਨਾਂ 'ਤੇ ਅਤੇ ਖਾਲਸਾ ਪੰਥ ਦੇ ਨਾਂ 'ਤੇ ਵਿਰਾਸਤ ਆ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੇਚਣ ਦਾ ਇਹਨਾਂ ਨੇ ਵੇਚੀ ਆ ਲੇਕਿਨ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਗ੍ਹਾ